ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਤੂਰ ਸਟੱਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਭਾਗਾਂ ਦਾ ਰਾਖਾ ਕਹਾਣੀ ਦਾ ਸਾਰ ਕਰਾਂਗੇ, ਵਿਸ਼ਾ ਵਸਤੂ ਦੱਸ ਕੇ ਸਾਰ, ਅਤੇ ਫਿਰ ਇਹਦੇ ਪਾਤਰ ਅਤੇ ਇਸਦੇ ਸ਼ਾਰਟ ਕੁਐਸਚਨ ਕਰਾਂਗੇ। ਹਾਂਜੀ, ਪਹਿਲਾਂ ਆਪਾਂ ਘੋਟਣਾ ਕਹਾਣੀ 'ਤੇ ਬਹੁਤਾ ਪਾਂਦੀ ਜਿਹੜੇ ਕਿ ਅਪਲੋਡ ਕਰ ਚੁੱਕੇ ਹਾਂ, ਅਗਰ ਤੁਸੀਂ ਨਹੀਂ ਵਾਚ ਕੀਤੀ ਤਾਂ ਜ਼ਰੂਰ ਵਾਚ ਕਰੋ। ਬਾਗਾਂ ਦਾ ਰਾਖਾ ਜਿਹੜੀ ਕਹਾਣੀ, ਇਹ ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਆ। ਇਸ ਕਹਾਣੀ ਦਾ ਜਿਹੜੇ ਕਿ ਵਿਸ਼ਾ ਕੀ ਹੈ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਦਲਿਤ ਵਰਗ ਹੈ, ਦਲਿਤ ਵਰਗ ਦੇ ਜਿਹੜੇ ਕਾਮੇ ਨੇ, ਉਹਨਾਂ ਦੀ ਗਰੀਬੀ ਦਾ ਕਾਰਨ ਅਤੇ ਉਹਨਾਂ ਦੀ ਦੁੱਖਾਂ ਭਰੀ ਅਤੇ ਅਪਮਾਨ ਭਰੀ ਹਾਲਤ ਦਾ ਇਸ ਦੇ ਵਿੱਚ ਵਰਣਨ ਕੀਤਾ ਗਿਆ। ਤਾਂ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂਜੀ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਕਿਸਤਾਨੋਂ ਉੱਜੜ ਕੇ ਆਇਆ ਹਰੀਜਨ ਪਰਿਵਾਰ। ਹਰੀਜਨ ਪਰਿਵਾਰ ਨਾਲ ਸੰਬੰਧਿਤ ਸੀ ਬਾਰੂ। ਬਾਰੂ ਇਸ ਕਹਾਣੀ ਦਾ ਮੁੱਖ ਪਾਤਰ ਆ, ਜਿਹੜੇ ਕਿ ਜਿਹਦੇ ਬਾਗ ਦੀ ਰਾਖੀ ਕਰਦਾ, ਉਹਦਾ ਨਾਮ ਸੀ ਲਾਲੂ ਸ਼ਾਹ। ਉਹ ਲਾਲੂ ਸ਼ਾਹ ਦੇ ਬਾਗਾਂ ਦੀ ਰਾਖੀ ਕਰਦਾ ਸੀ, ਰਾਖੀ ਦਾ ਕੰਮ ਕਰਦਾ ਸੀ ਬਾਰੂ। ਤਾਂ ਉਹਦੀ ਤਨਖਾਹ ਸੀ 17 ਰੁਪਏ ਮਹੀਨਾ, ਮਤਲਬ ਕਿ 17 ਰੁਪਏ ਉਹਨੂੰ ਮਹੀਨੇ ਦੇ ਜਿਹੜੇ ਕਿ ਮਿਲਦੇ ਸੀ ਬਾਗਾਂ ਦੀ ਰਾਖੀ ਕਰਨ ਦੇ। ਅਤੇ ਜਿਹੜਾ ਬਾਰੂ ਦਾ ਭਰਾ ਸੀ, ਉਹ ਸ਼ਹਿਰ ਦੇ ਵਿੱਚ ਪਾਂਡੀ ਦਾ ਕੰਮ ਕਰਦਾ ਸੀ। ਤਾਂ ਇੱਕ ਦਿਨ ਜਿਹੜੇ ਕਿ ਬਾਰੂ ਨੂੰ ਫੀਵਰ ਹੋਇਆ ਵਾ ਹੁੰਦਾ, ਤਾਂ ਬੁਖਾਰ ਦੇ ਨਾਲ ਉਹ ਲੰਬਾ ਪਿਆ ਸੀ, ਤਾਂ ਕੋਲੋਂ ਲੰਘ ਰਹੇ ਸੀ ਸ਼ਹਿਰੀ ਕਲਰਕ। ਤਾਂ ਉਹਨਾਂ ਸ਼ਹਿਰੀ ਕਲਰਕਾਂ ਦੇ ਵਿੱਚੋਂ ਇੱਕ ਅਧਖੜ ਕਲਰਕ ਤੋਂ ਬਿਨਾਂ ਕਿਸੇ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਕਿ ਇਹ ਬੁਖਾਰ ਦੇ ਨਾਲ ਆ, ਜਿਹੜੇ ਕਿ ਫੀਵਰ ਦੇ ਨਾਲ ਪਿਆ ਹੋਇਆ। ਤਾਂ ਬੁਖਾਰ ਦੇ ਵਿੱਚ ਉਹਦੀ ਲਾਲੂ ਸ਼ਾਹ ਦੇ ਨਾਲ ਜੋ ਗੱਲਬਾਤ ਹੋਈ, ਉਸ ਤੋਂ ਖਿੱਚ ਕੇ ਉਸ ਨੇ ਉਹਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ। ਅਤੇ ਉਹ ਰੋਹ ਦੇ ਵਿੱਚ ਬਿਸਤਰਾ ਚੁੱਕ ਕੇ ਘਰ ਵੱਲ ਤੁਰ ਪਿਆ, ਮਤਲਬ ਕਿ ਫੀਵਰ ਦੇ ਵਿੱਚ ਹੀ ਸੀ ਜਦੋਂ, ਕਦੋਂ ਉਹਨੂੰ ਫੀਵਰ ਚੜਿਆ ਹੋਇਆ ਸੀ। ਦੂਜਾ ਜਿਹੜੇ ਕਿ ਲਾਲੂ ਸ਼ਾਹ ਦੇ ਨਾਲ ਉਹਦੀ ਆਪਸ ਦੇ ਵਿੱਚ ਕੋਈ ਗੱਲਬਾਤ ਹੋ ਗਈ, ਉਸ ਗੱਲਬਾਤ ਦੇ ਵਿੱਚ ਖਿੱਚ ਕੇ ਉਹਨੇ ਨੌਕਰੀ ਤੋਂ ਜਵਾਬ ਦੇ ਦਿੱਤਾ। ਤਾਂ ਨੌਕਰੀ ਤੋਂ ਜਵਾਬ ਹੋਣ ਤੋਂ ਬਾਅਦ ਆ ਜਿਹੜੇ ਕਿ ਉਹ ਬਿਸਤਰਾ ਚੱਕ ਕੇ ਘਰ ਦੇ ਵੱਲ ਤੁਰ ਪਿਆ ਘਰਾਂ ਜਾਣਾ। ਤਾਂ ਰਸਤੇ ਦੇ ਵਿੱਚ ਫਿਰ ਬੈਠੇ ਸ਼ਹਿਰੀਆਂ ਕਲਰਕਾਂ ਨੇ ਸਮਝਿਆ ਕਿ ਉਹਨੂੰ ਫੀਵਰ ਤਾਂ ਹੋ ਗਿਆ ਕਿ ਉਹਨੇ ਜ਼ਿਆਦਾ ਲੁਕਾਠ ਖਾ ਲਈ। ਠੀਕ ਹੈ, ਲੁਕਾਠ ਇੱਕ ਫਰੂਟ ਹੁੰਦਾ, ਵੀ ਉਹਨੇ ਜ਼ਿਆਦਾ ਲੁਕਾਠਾ ਜ਼ਿਆਦਾ ਖਾ ਲਏ, ਤਾਂ ਕਰਕੇ ਉਹਨੂੰ ਬੁਖਾਰ ਚੜ ਗਿਆ। ਤਾਂ ਘਰ ਆ ਕੇ ਉਹ ਮੰਜੇ 'ਤੇ ਪੈ ਗਿਆ। ਤਾਂ ਉਹਦੀ ਮਾਂ ਅਤੇ ਭਰਜਾਈ ਨੇ ਜਦੋਂ ਉਹਦੀ ਨੌਕਰੀ ਛੁੱਟਣ ਦਾ ਪਤਾ ਲੱਗਿਆ ਉਹਨਾਂ ਨੂੰ, ਤਾਂ ਉਹਨਾਂ ਨੇ ਉਹਦੇ ਫੀਵਰ ਦੀ ਥਾਂ 'ਤੇ, ਮਤਲਬ ਕਿ ਉਹਨੂੰ ਬੁਖਾਰ ਚੜਿਆ ਹੋਇਆ, ਉਹਦੇ ਨਾਲ ਉਹਨੂੰ ਉਸ ਹਮਦਰਦੀ ਜਾਂ ਉਹਦੇ ਫਿਕਰ ਕਰਨ ਦੀ ਬਜਾਏ ਉਹਨਾਂ ਦੇ ਘਰ ਦੇ ਗੁਜ਼ਾਰੇ ਦਾ ਫਿਕਰ ਪੈ ਗਿਆ ਵੀ ਘਰ ਹੁਣ ਕਿਵੇਂ ਚੱਲੂਗਾ। ਪਹਿਲਾਂ 17 ਰੁਪਏ ਆਉਂਦੇ ਸੀ, ਹੁਣ ਉਹਨਾਂ ਨੇ ਨੌਕਰੀ ਛੱਡਤੀ, ਤਾਂ ਉਹ ਚੀਜ਼ਾਂ 'ਚ ਪੈ ਗਏ, ਨਾ ਕਿ ਉਹਨਾਂ ਨੇ ਇਹ ਸੋਚਿਆ ਵੀ ਇਹਨੂੰ ਬੁਖਾਰ ਚੜਿਆ ਹੋਇਆ। ਜਦੋਂ ਬਾਰੂ ਨੇ ਫਿਰ ਮਾਂ ਨੂੰ ਦੱਸਿਆ ਕਿ ਲਾਲੂ ਸ਼ਾਹ ਉਸਨੂੰ ਗੰਦੀਆਂ ਗਾਲਾਂ ਕੱਢ ਰਿਹਾ ਸੀ, ਤਾਂ ਮਾਂ ਨੇ ਕਿਹਾ ਕਿ ਗਾਲਾਂ ਨਾਲ ਉਹਦੀ ਕਿਹੜੀ ਲੱਤ ਟੁੱਟ ਗਈ। ਮਤਲਬ ਕਿ ਉਹਨੇ ਫਿਰ ਦੱਸਣਾ ਸ਼ੁਰੂ ਕੀਤਾ ਮੈਨੂੰ ਨੌਕਰੀ ਕਿਉਂ ਛੱਡੀ ਆ, ਵੀ ਲਾਲੂ ਸ਼ਾਹ ਜਿਹੜੀ ਕਿ ਉਹਨੂੰ ਗੰਦੀਆਂ ਗਾਲਾਂ ਕੱਢ ਰਿਹਾ ਸੀ। ਤਾਂ ਅੱਗੇ ਤੋਂ ਮਾਂ ਕਹਿੰਦੀ ਵੀ ਗਾਲਾਂ ਤੈਨੂੰ ਕੱਢ ਰਿਹਾ ਸੀ, ਇਹਦੇ ਨਾਲ ਤੇਰੀ ਕਿਹੜਾ ਲੱਤ ਟੁੱਟ ਜਾਣੀ ਸੀ। ਠੀਕ ਆ, ਕੱਢੀ ਜਾਣ ਦਿੰਦਾ। ਤਾਂ ਪਰ ਫਿਰ ਭਰਜਾਈ ਨੇ ਵੀ ਕਿਹਾ ਕਿ ਉਹਨੂੰ ਜ਼ਿਆਦਾ ਲੁਕਾਠਾ ਖਾਣ ਕਰਕੇ ਬੁਖਾਰ ਚੜਿਆ। ਤਾਂ ਫਿਰ ਉਹਨੇ ਘਰ ਆਟਾ ਨਾ ਹੋਣ 'ਤੇ ਲੰਬੜਾਂ ਦੀ ਬਗਾਰ 'ਤੇ ਗਈ ਹੋਣ ਕਰਕੇ ਪਰਸੋਂ, ਅਤੇ ਅੱਜ ਉਸਦੀ ਰੋਟੀ ਨਹੀਂ ਸੀ ਪਹੁੰਚਾਈ। ਤਾਂ ਫਿਰ ਉਹ ਦੱਸਣ ਲੱਗ ਜਾਂਦੀ ਹੈ ਭਰਜਾਈ ਵੀ ਉਹਨੇ ਤੇਰੀ ਰੋਟੀ ਤਾਂ ਨਹੀਂ ਪਹੁੰਚਾਈ ਸੀ ਕਿਉਂਕਿ ਘਰ ਦੇ ਵਿੱਚ ਆਟਾ ਨਹੀਂ ਸੀ, ਅਤੇ ਉਹ ਲੰਬੜਾਂ ਦੀ ਬਗਾਰ ਮਤਲਬ ਕਿਤੇ ਕੰਮ 'ਤੇ ਗਈ ਹੋਈ ਸੀ। ਠੀਕ ਹੈ, ਤਾਂ ਪਰਸੋਂ ਅਤੇ ਅੱਜ ਉਹਦੀ ਰੋਟੀ ਨਹੀਂ ਪਹੁੰਚਾ ਸਕੀ। ਤਾਂ ਫਿਰ ਭੁੱਖੇ ਬਾਰੂ ਨੂੰ ਜਿਹੜੇ ਕਿ ਆਪਣਾ ਪੇਟ ਭਰਨ ਦੇ ਲਈ ਲੁਕਾਠ ਖਾਣੇ ਪੈ ਗਏ। ਤਾਂ ਰਾਤ ਨੂੰ ਬਾਰੂ ਦੇ ਜਿਹੜਾ ਭਰਾ ਹੈ ਉਹ ਬਾਗ ਦੀ ਰਾਖੀ ਕਰਨ ਚਲਾ ਜਾਂਦਾ, ਮਤਲਬ ਕਿ ਰਾਤ ਨੂੰ ਫਿਰ ਬਾਰੂ ਨਹੀਂ ਜਾਂਦਾ, ਬਾਰੂ ਦਾ ਬ੍ਰਦਰ ਚਲਾ ਜਾਂਦਾ। ਤਾਂ ਰਾਤੀ ਬਾਰੂ ਨੂੰ ਸਮਾਜ ਦੇ ਵਿੱਚ ਹਰੀਜਨਾਂ ਦੀ ਦੁਰਦਸ਼ਾ ਭਰੀ ਸਥਿਤੀ ਸੰਬੰਧੀ ਖਿਆਲ ਆਉਣ ਲੱਗਦੇ ਨੇ। ਤਾਂ ਫਿਰ ਉਹਨਾਂ ਲੱਗਦਾ ਵੀ ਹਰੀਜਨਾਂ ਜਿਹੜੀ ਕਿ ਅਸੀਂ ਵੀ ਸਾਡੀ ਕਾਸਟ ਆ, ਤਾਂ ਸਾਨੂੰ ਕਿੰਨੇ ਦੁੱਖ ਭਰਿਆ ਜੀਵਨ ਬਤੀਤ ਕਰਨਾ ਪੈ ਰਿਹਾ, ਉਹਦੇ ਖਿਆਲ ਆਉਣ ਲੱਗ ਜਾਂਦੇ ਨੇ। ਤਾਂ ਫਿਰ ਤੜਕੇ ਹੀ ਉਹ ਬਿਸਤਰਾ ਚੱਕ ਕੇ ਬਾਗ ਦੇ ਵਿੱਚ ਚਲਾ ਜਾਂਦਾ ਦੁਬਾਰਾ, ਅਤੇ ਉਹਦਾ ਭਰਾ ਘਰ ਆ ਜਾਂਦਾ। ਤਾਂ ਲਾਲੂ ਸ਼ਾਹ ਜਿਹੜੇ ਕਿ ਬਾਗ ਦਾ ਹਾਲ ਦੇਖਣ ਆਇਆ, ਉਹੀ ਮਾਲਕ
ਠੀਕ ਆ ਬਾਗ ਦਾ ਹਾਲ ਦੇਖਣ ਆਉਂਦਾ ਅਤੇ ਬਾਰੂ ਨੂੰ ਦੇਖ ਕੇ ਗਾਲ ਕੱਢ ਕੇ ਕਹਿਣ ਲੱਗਦਾ ਕਿ ਅੱਜ ਉਹਦੀ ਅਕਲ ਟਿਕਾਣੇ ਆ ਗਈ ਵੀ ਹੁਣ ਵਾਪਸ ਆ ਗਿਆ। ਠੀਕ ਹੈ, ਤਾਂ ਬਾਰੂ ਨੇ ਉਸਨੂੰ ਮਾਂ ਦੀ ਗਾਲਾਂ ਸੰਬੰਧੀ ਕਹੀ ਗੱਲ ਦੱਸੀ ਅਤੇ ਉਹ ਘਰ ਮੁੜ ਗਿਆ। ਠੀਕ ਹੈ, ਅਤੇ ਉਹਨੇ ਉਹਨੂੰ ਕਿਹਾ ਵੀ ਮਾਂ ਦੀ ਗੱਲ ਨਹੀਂ ਤੁਸੀਂ ਕੱਢਣੀ ਸੀ, ਤਾਂ ਚਲੋ ਇਹ ਗੱਲ ਕਰਕੇ ਘਰ ਵਾਪਸ ਚਲਾ ਗਿਆ। ਬਾਰੂ ਨੂੰ ਅੱਜ ਫਿਰ ਰੋਟੀ ਨਾ ਪਹੁੰਚੀ, ਤਾਂ ਦੁਪਹਿਰੇ ਜਿਹੜੇ ਕਿ ਲੋਕ ਆਠਾ ਖਾਣ ਕਰਕੇ ਫਿਰ ਬੁਖਾਰ ਹੋ ਗਿਆ, ਮਤਲਬ ਕਿ ਉਹਨੂੰ ਜਦੋਂ ਰੋਟੀ ਨਾ ਪਹੁੰਚੀ ਤਾਂ ਉਹਨੇ ਆਪਣਾ ਪੇਟ ਭਰਨ ਦੇ ਲਈ ਲੋਕਾਠ ਖਾ ਲਏ ਦੁਪਹਿਰ ਨੂੰ, ਤਾਂ ਉਹਨੂੰ ਫਿਰ ਤੋਂ ਬੁਖਾਰ ਹੋ ਗਿਆ। ਤਾਂ ਰਾਤੀ ਵੀ ਉਸਨੂੰ ਰੋਟੀ ਨਾ ਪਹੁੰਚਾਈ ਕਿਉਂਕਿ ਉਹਦੇ ਬਾਰੂ ਦੇ ਭਰਾ ਨੂੰ ਕੋਈ ਕਮਾਈ ਨਹੀਂ ਸੀ ਹੋਈ, ਜਿਸ ਕਰਕੇ ਜਿਹੜੇ ਕਿ ਬਾਰੂ ਬੁਖਾਰ ਤੋਂ ਦੁਖੀ ਹੋ ਕੇ ਲੇਟ ਗਿਆ ਅਤੇ ਬੇਸੁਰਤ ਹੋ ਕੇ ਅੱਬੜ ਵਾਹੇ ਬੋਲਣ ਲੱਗ ਗਿਆ, ਮਤਲਬ ਕਿ ਬੇਸੁਰਤ ਹੋ ਗਿਆ, ਬੁਖਾਰ ਦੇ ਵਿੱਚ ਬੋਲਣ ਲੱਗ ਗਿਆ। ਤਾਂ ਸਵੇਰ ਤੱਕ ਜਿਹੜੇ ਕਿ ਉਹਦੀ ਡੈਥ ਹੋ ਗਈ ਸੀ, ਮਰ ਚੁੱਕਿਆ ਸੀ। ਤਾਂ ਲੋਕ ਉਹਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਉਹ ਸਮਝਦੇ ਸੀ ਕਿ ਉਸਨੂੰ ਕਿਸੇ ਡਾਕੂ ਨੇ ਕਤਲ ਕਰਤਾ, ਜਾਂ ਜਿਹੜੇ ਸੈਰ ਕਰਨ ਆਏ ਕਲਰਕਾਂ ਦੇ ਵਿੱਚੋਂ ਅਧਿਕਾਰ ਕਲਰਕ ਨੇ ਕਿਹਾ ਕਿ ਮੂਰਖ ਜਾਂ ਖਾ ਮੋਏ ਜਾਂ ਰੱਜ ਮੋਏ, ਵੀ ਮੂਰਖਾ ਜਾਂ ਖਾ ਮੋਏ ਜਾਂ ਰੱਜ ਮੋਏ। ਠੀਕ ਹੈ, ਤਾਂ ਬਾਰੂ ਦੀ ਭਰਜਾਈ ਸ਼ਾਹ ਵੇਲੇ ਮਤਲਬ ਕਿ ਸਵੇਟਾਂ ਮਾਰ ਰਹੀ ਸੀ, ਬਾਗ ਗੁੱਜੜ ਚੁੱਕਿਆ ਸੀ ਕਿਉਂਕਿ ਬਾਰੂ ਦੀ ਡੈਥ ਹੋ ਚੁੱਕੀ ਸੀ, ਉਹ ਤਾਂ ਸਵੇਰੇ ਰੋਟੀ ਦੇਣ ਆ ਰਹੀ ਸੀ। ਅਸਲ ਦੇ ਵਿੱਚ ਡਾਕੂ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਘਰ ਸੁੱਤਾ ਪਿਆ, ਮਤਲਬ ਕਿ ਇੱਥੇ ਇਹ ਲਾਲੂ ਸ਼ਾਹ ਨੂੰ ਕਿਹਾ ਗਿਆ। ਠੀਕ ਹੈ, ਮਤਲਬ ਕਿ ਉਹਦਾ ਘਰ ਦੇ ਵਿੱਚ ਪਿਆ, ਉਹਨੇ ਪਹਿਲਾਂ ਉਹਨੂੰ ਗਾਲੀ ਗਲੋਚ ਕੱਢੀ ਤਾਂ ਉਹਦੇ ਮਨ 'ਤੇ ਜਿਹੜੀ ਕਿ ਉਹ ਚੀਜ਼ ਹੋਈ ਹੋਈ ਸੀ, ਟੈਨਸ਼ਨ ਸੀ, ਅਤੇ ਦੂਜਾ ਜਿਹੜਾ ਕਿ ਉਹਨੂੰ ਇਹ ਸੀ ਵੀ ਹਾਲਤ ਜਿਹੜੀ ਕਿ ਆਪਣੀ ਦੁਰਦੁਰਸ਼ਾ ਯਾਦ ਆ ਰਹੀ ਸੀ, ਦੂਜਾ ਉਹਨੂੰ ਫੀਵਰ ਹੋ ਗਿਆ ਨਾਲ ਦੀ ਨਾਲ। ਠੀਕ ਹੈ, ਤਾਂ ਕਰਕੇ ਹਾਂਜੀ ਅੱਗੇ ਇਹਦਾ ਪਾਤਰ ਬਾਰੂ ਬਾਗਾਂ ਦਾ ਰਾਖਾ ਕਹਾਣੀ ਦਾ ਮੁੱਖ ਪਾਤਰ ਹੈ, ਅਤੇ ਉਹਦਾ ਅਸਲ ਨਾਂ ਸੀ ਬਹਾਦਰ। ਬਹਾਦਰ ਸੀ ਬਾਰੂ ਦਾ ਅਸਲ ਨਾਂ, ਅਤੇ ਬਾਰ ਦੇ ਵਿੱਚ ਜੰਮਣ ਕਰਕੇ ਉਹਨੂੰ ਸਾਰੇ ਕੀ ਕਹਿੰਦੇ ਸੀ, ਬਾਰੂ ਹੀ ਕਹਿੰਦੇ ਸੀ। ਅਤੇ ਉਹ ਇੱਕ ਹਰੀਜਨ ਪਰਿਵਾਰ ਦਾ ਸੀ ਅਤੇ ਪਾਕਿਸਤਾਨ ਉਜੜ ਕੇ ਆਏ ਪਰਿਵਾਰ ਨਾਲ ਸੰਬੰਧ ਰੱਖਦਾ ਸੀ, ਅਤੇ ਉਹਦੀ ਉਮਰ 15-16 ਸਾਲ ਦੀ ਸੀ, ਅਤੇ ਉਹ ਆਪਣੀ ਮਾਂ, ਵੱਡੇ ਭਰਾ, ਭਰਜਾਈ ਅਤੇ ਉਹਨਾਂ ਦੇ 3 ਬੱਚਿਆਂ ਦੇ ਨਾਲ ਰਹਿੰਦਾ ਸੀ। ਤਾਂ ਉਹਦਾ ਪਿਓ ਮਰ ਗਿਆ ਸੀ, ਠੀਕ ਹੈ, ਅਤੇ ਲਾਲੂ ਸ਼ਾਹ ਦੇ ਬਾਗਾਂ ਦੀ ਰਾਖੀ ਦਾ ਕੰਮ ਕਰਦਾ ਸੀ ਬਾਰੂ। ਇਹ ਸਾਰਾ ਤੁਸੀਂ ਜਾਣ ਪਛਾਣ 'ਚ ਲਿਖਣਾ। ਅਤੇ ਉਹਦੇ 17 ਰੁਪਏ ਮਹੀਨਾ ਤਨਖਾਹ ਸੀ, ਅਤੇ ਉਹ ਸ਼ਕਲ ਦਾ ਸੋਹਣਾ ਸੀ ਪਰ ਉਹਦੇ ਸਰੀਰ ਉੱਪਰ ਜਿਹੜੀ ਕਿ ਮੈਲ ਜਮੀ ਹੋਈ ਸੀ, ਅਤੇ ਉਹ ਮਲੇਰੀਏ ਦੇ ਬੁਖਾਰ ਦੇ ਨਾਲ ਬਾਗ ਦੇ ਵਿੱਚ ਲੰਬਾ ਪਿਆ ਸੀ। ਤਾਂ ਲਾਲੂ ਸ਼ਾਹ ਨੇ ਉਹਨੂੰ ਲੰਬਾ ਪਿਆ ਦੇਖ ਕੇ ਉਹਨੂੰ ਗਾਲਾਂ ਕੱਢੀਆਂ ਅਤੇ ਉਹਨੂੰ ਉਸਦੇ ਰੋਕਣ 'ਤੇ ਉਹਨੂੰ ਨੌਕਰੀ 'ਤੇ ਜਵਾਬ ਦੇ ਦਿੱਤਾ, ਮਤਲਬ ਕਿ ਜਦੋਂ ਕਹਿੰਦੇ ਸੀ ਕਿ ਮੈਨੂੰ ਗਾਲਾਂ ਨਾ ਕੱਢੇ ਜਾਣ, ਤਾਂ ਉਸ ਤੋਂ ਬਾਅਦ ਉਹਨੇ ਕਹਿਤਾ ਵੀ ਤੂੰ ਨੌਕਰੀ 'ਤੇ ਨਿਕਲ ਜਾ। ਤਾਂ ਬਿਸਤਰਾ ਚੱਕ ਕੇ ਘਰ ਆ ਜਾਂਦਾ, ਤਾਂ ਘਰ ਜਦੋਂ ਆਉਂਦਾ ਤਾਂ ਉਹਦੀ ਮਾਂ ਨੂੰ ਦੱਸਦਾ ਕਿ ਉਹਨੂੰ ਗਾਲਾਂ ਕੱਢੀਆਂ ਨੇ, ਤਾਂ ਉਹ ਅੱਗੇ ਤੋਂ ਕਹਿੰਦੇ ਕਿ ਗਾਲਾਂ ਜਿਹਨੇ ਕੱਢਤੇ ਫਿਰ ਕਿਹੜਾ ਤੇਰੀ ਲੱਤ ਟੁੱਟ ਗਈ। ਤਾਂ ਰਾਤ ਨੂੰ ਬਾਰੂ ਦਾ ਬੁਖਾਰ ਉੱਤਰ ਜਾਂਦਾ, ਫਿਰ ਉਹ ਸਵੇਰੇ ਫਿਰ ਬਾਗਾਂ ਦੇ ਵਿੱਚ ਚਲਾ ਜਾਂਦਾ, ਅਤੇ ਰਾਤ ਨੂੰ ਫਿਰ ਤੇਜ਼ ਬੁਖਾਰ ਹੋ ਜਾਂਦਾ, ਬੁਖਾਰ ਉਹਦੇ ਸਿਰ ਨੂੰ ਚੜ੍ਹ ਜਾਂਦਾ ਅਤੇ ਉਹ ਮਰ ਗਿਆ। ਹੈਡਿੰਗ ਸਵੈਮਾਣ ਵਾਲਾ। ਹਾਂਜੀ, ਬਾਰੂ ਸਵੈਮਾਣ ਵਾਲਾ ਨੌਜਵਾਨ ਸੀ, ਅਤੇ ਉਹਨੇ ਸਵੈਮਾਣ ਕਾਰਨ ਹੀ ਜਿਹੜੇ ਕਿ ਲਾਲੂ ਸ਼ਾਹ ਦੀਆਂ ਗਾਲਾਂ ਫਿਰ ਬਰਦਾਸ਼ਤ ਨਹੀਂ ਕੀਤੀਆਂ ਅਤੇ ਨੌਕਰੀ ਛੱਡ ਕੇ ਘਰ ਚਲਾ ਗਿਆ। ਪਰ ਜਦੋਂ ਉਸਦੀ ਮਾਂ ਨੇ ਉਸਨੂੰ ਅੱਗੇ ਅਣਖਹੀਨ ਗੱਲਾਂ ਕੀਤੀਆਂ, ਤਾਂ ਉਹ ਸਵੈਮਾਣ ਨੂੰ ਮਾਰ ਕੇ ਮੁੜ ਬਾਗ ਦੇ ਵਿੱਚ ਚਲਾ ਗਿਆ, ਪਰ ਇੱਕ ਰਾਤ ਵੀ ਨਾ ਜਿਹੜੇ ਕਿ ਉਹ ਕੱਢ ਸਕਿਆ। ਤਾਂ ਬੁਖਾਰ ਨੇ ਉਹਨੂੰ ਮੁੜਾ ਫਿਰ ਘੇਰ ਲਿਆ, ਭਾਵ ਕਿ ਉਹਨੂੰ ਫਿਰ ਤੋਂ ਬੁਖਾਰ ਹੋ ਗਿਆ, ਅਤੇ ਬੇਸੂਰਤੀ ਦੇ ਵਿੱਚ ਉਹ ਸਵੈਮਾਣ ਪ੍ਰਗਟ ਹੋਣ ਲੱਗੇ, ਤਾਂ ਅੰਤ ਦੇ ਵਿੱਚ ਉਹ ਮਰ ਗਿਆ। ਇੱਕ ਤਰਸਯੋਗ ਪਾਤਰ। ਹਾਂਜੀ, ਬਾਹਰੋਂ ਇੱਕ ਤਰਸਯੋਗ ਪਾਤਰ, ਉਹ ਗਰੀਬੀ ਅਤੇ ਭੁੱਖ ਦਾ ਮਰਿਆ ਹੋਇਆ ਅਤੇ ਅੰਤ ਮਜ਼ਬੂਰੀ ਦੇ ਕਾਰਨ ਮੌਤ ਦੇ ਮੂੰਹ ਜਾ ਪੈਂਦਾ। ਠੀਕ ਹੈ, ਇਹ ਆਜੂਗਾ ਜਿਹੜੇ ਕਿ ਬਾਰੂ ਦਾ ਚਰਿੱਤਰ ਚਿਤਰਨ। ਅੱਗੇ ਆਪਾਂ ਲਾਲੂ ਸ਼ਾਹ ਦਾ। ਹਾਂਜੀ, ਲਾਲੂ ਸ਼ਾਹ ਲੋਖਾਟਾਂ ਦੇ ਬਾਗ ਦਾ ਜਿਹੜਾ ਕਿ ਮਾਲਕ ਸੀ, ਅਤੇ ਬਾਰੂ ਉਹਦਾ ਨੌਕਰ ਸੀ, ਅਤੇ ਉਹ 5-7 ਜਮਾਤਾਂ ਪੜ੍ਹਿਆ ਹੋਇਆ ਸੀ,
ਅਤੇ ਇੱਕ ਖੁਦਗਰਜ ਬੇਰਹਿਮ ਗਾਲੀ ਗਲੋਚ ਵਾਲਾ ਕਾਲੇ ਸੁਭਾਅ ਦਾ ਡਰਾਕਲ ਹੰਕਾਰੀ ਕੰਜੂਸੀ ਵਿਅਕਤੀ ਸੀ। ਅਤੇ ਹਾਂਜੀ ਇੱਕ ਖੁਦਗਰਜ ਅਤੇ ਬੇਰਹਿਮ ਵਿਅਕਤੀ ਲਾਲੂ ਸ਼ਾਹ ਇੱਕ ਖੁਦਗਰਜ ਅਤੇ ਬੇਰਹਿਮ ਵਿਅਕਤੀ ਸੀ। ਉਹਨੂੰ ਬਾਰੂ ਦੀ ਬਿਮਾਰੀ ਦੀ ਕੋਈ ਪਰਵਾਹ ਨਹੀਂ ਸੀ ਅਤੇ ਉਹ ਤਾਂ ਉਸ ਤੋਂ ਹਰ ਹਾਲ ਦੇ ਵਿੱਚ ਬਾਗਾਂ ਦੀ ਰਾਖੀ ਦਾ ਕੰਮ ਲੈਣਾ ਚਾਹੁੰਦਾ ਸੀ। ਅਤੇ ਜਦੋਂ ਬਾਰੂ ਕਹਿੰਦਾ ਕਿ ਉਹ ਤਾਪ ਚੜ੍ਹਿਆ ਹੋਣ ਕਰਕੇ ਲੰਬਾ ਪਿਆ ਸੀ ਤਾਂ ਉਹ ਕਹਿੰਦਾ ਕਿ ਉਹ ਤਾਪ ਦਿਆ ਬੱਚਿਆ ਤਾਪ ਚੜ੍ਹਿਆ ਕਿਉਂ, ਅੱਗੇ ਤੂੰ ਇਹ ਕਹਿੰਦਾ ਵੀ ਤੈਨੂੰ ਕਿਉਂ ਤਾਪ ਚੜ੍ਹਿਆ। ਅੱਗੇ ਗਾਲੀ ਗਲੋਚ ਕਰਨ ਵਾਲਾ ਹਾਂਜੀ ਉਹਦੀ ਜ਼ਬਾਨ ਬਹੁਤ ਗੰਦੀ ਸੀ ਅਤੇ ਉਹ ਬਾਰੂ ਨੂੰ ਗਾਲਾਂ ਕੱਢਦਾ ਸੀ ਅਤੇ ਜਿਸ ਕਰਕੇ ਉਹਨੂੰ ਇਤਰਾਜ਼ ਸੀ ਕਿ ਜਿਸ ਕਰਕੇ ਬਾਰੂ ਨੂੰ ਇਤਰਾਜ਼ ਹੋ ਗਿਆ ਅਤੇ ਉਹਨੂੰ ਨੌਕਰੀ ਤੋਂ ਜਦੋਂ ਉਹਨੇ ਕਿਹਾ ਵੀ ਮੈਨੂੰ ਗਾਲਾਂ ਨਾ ਕੱਢਿਆ ਜਾਂ ਤਾਂ ਉਹਨੂੰ ਇਸ ਗੱਲ 'ਤੇ ਵੀ ਇਤਰਾਜ਼ ਹੋਏ ਮੈਨੂੰ ਐਵੇਂ ਕਿਉਂ ਕਹਿ ਰਿਹਾ ਤਾਂ ਉਹਨੇ ਨੌਕਰੀ ਤੋਂ ਕੱਢਤਾ। ਤਾਂ ਕਹਾਣੀ ਦੇ ਅੰਤ ਦੇ ਵਿੱਚ ਵੀ ਬਾਰੂ ਨੂੰ ਗਾਲਾਂ ਕੱਢਦਾ ਅਤੇ ਕਹਾਣੀਕਾਰ ਲਿਖਦਾ ਕਿ ਉਸਦੇ ਗਾਲਾਂ ਇੰਨੇ ਗੰਦੇ ਸੀ ਕਿ ਇੱਕ ਵਾਸਤਵਵਾਦੀ ਕਹਾਣੀ ਲੇਖਕ ਵੀ ਉਹਨੂੰ ਆਪਣੀ ਕਹਾਣੀ ਦੇ ਵਿੱਚੋਂ ਲਿਖਣਾ ਸ਼ਰਮਾ ਜਾਵੇ ਵੀ ਇੰਨੀਆਂ ਗਾਲਾਂ ਗੰਦੀਆਂ ਕੱਢਦਾ ਸੀ। ਅੱਗੇ ਕਾਲੇ ਸੁਭਾਅ ਦਾ ਕਾਲੇ ਸੁਭਾਅ ਦਾ ਸੀ ਅਤੇ ਉਹ ਕਾਲੀ ਦੇ ਵਿੱਚ ਬਾਰੂ ਨੌਕਰੀ ਤੋਂ ਜਵਾਬ ਦੇ ਦਿੰਦਾ ਤਾਂ ਪਰ ਮਗਰੋਂ ਉਹ ਬਾਗਾਂ ਦੀ ਰਾਖੀ ਦਾ ਉਹਨੂੰ ਫਿਕਰ ਖਾਂਦਾ। ਡਰਾਕਲ ਲਾਲੂ ਸ਼ਾਹ ਇੱਕ ਡਰਾਕਲ ਆਦਮੀ ਸੀ, ਉਹ ਤਾਂ ਮੋਰ ਦੀ ਕੂਕ ਸੁਣ ਕੇ ਵੀ ਡਰ ਜਾਣ ਵਾਲਾ ਵਿਅਕਤੀ ਸੀ। ਉਹ ਡਾਕੂਆਂ ਜਾਂ ਭਿਆਨਕ ਜਾਨਵਰਾਂ ਦੇ ਕਲਪਿਤ ਡਰ ਦਾ ਮਾਰਿਆ ਰਾਤ ਨੂੰ ਬਾਗਾਂ ਦੇ ਵਿੱਚ ਰਾਖੀ ਕਰਨ ਲਈ ਨਹੀਂ ਰਹਿੰਦਾ ਤਾਂ ਉਸ ਨੂੰ ਆਪਣੀ ਜਾਨ ਬਹੁਤ ਪਿਆਰੀ ਹੁੰਦੀ ਹੈ। ਕੰਜੂਸ ਉਹ ਬੜਾ ਕੰਜੂਸ ਸੀ ਅਤੇ ਉਹਨੂੰ ਪੈਸੇ ਹੱਥੋਂ ਨਹੀਂ ਸੀ ਛੱਡਿਆ। ਅਤੇ ਇਸ ਪ੍ਰਕਾਰ ਲਾਲੂ ਇਸ ਕਹਾਣੀ ਦਾ ਘਰੀਣਾਯੋਗ ਪਾਤਰ। ਅੱਗੇ ਸ਼ੋਰਟ ਕੁਸ਼ਚਨ ਨੇ ਇਹ ਤਾਂ ਵਿੱਚੋਂ ਹੀ ਆ ਜਾਣਗੇ। ਹਾਂਜੀ ਬਾਗਾਂ ਦਾ ਮਾਲਕ ਲਾਲੂ ਸ਼ਾਹ ਬਾਰੂ ਨੂੰ ਗਾਲਾਂ ਕਿਉਂ ਕੱਢ ਰਿਹਾ ਸੀ? ਤਾਂ ਬਾਰੂ ਲਾਲੂ ਸ਼ਾਹ ਦੇ ਬਾਗਾਂ ਦਾ ਰਾਖਾ ਸੀ, ਉਹ ਬੁਖਾਰ ਕਰਕੇ ਲੰਬਾ ਪਿਆ ਸੀ ਤਾਂ ਕੰਮ ਉਹਨੂੰ ਐਂ ਹੋ ਗਿਆ ਵੀ ਇਹ ਲੰਬਾ ਪਿਆ ਗਾਲਾਂ ਕੰਮ ਨਹੀਂ ਕਰ ਰਿਹਾ ਤਾਂ ਕਰਕੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਅੱਗੇ ਬਾਰੂ ਆਪਣਾ ਬਿਸਤਰਾ ਚੁੱਕ ਕੇ ਘਰ ਨੂੰ ਕਿਉਂ ਤੁਰ ਪਿਆ? ਕਿਉਂਕਿ ਲਾਲੂ ਸ਼ਾਹ ਦੇ ਗਾਲਾਂ ਸੁਣ ਕੇ ਬਾਰੂ ਨੂੰ ਗੁੱਸਾ ਚੜ ਗਿਆ ਤਾਂ ਲਾਲੂ ਸ਼ਾਹ ਨੇ ਫਿਰ ਉਹਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ ਤਾਂ ਉਹਦੀ ਅਣਖ ਜਾਗ ਪਈ ਉਹਨੂੰ ਸਵੈਮਾਨ ਵਾਲਾ ਵਿਅਕਤੀ ਸੀ ਬਾਰੂ ਤਾਂ ਕਰਕੇ ਉਹ ਆਪਣਾ ਬਿਸਤਰਾ ਚੱਕ ਕੇ ਘਰ ਨੂੰ ਤੁਰ ਪਿਆ। ਅਤੇ ਬਾਰੂ ਦੇ ਜਾਣ ਉੱਤੇ ਲਾਲੂ ਸ਼ਾਹ ਕੀ ਸੋਚ ਕੇ ਬੌਂਦਲ ਗਿਆ। ਬਾਰੂ ਜਦੋਂ ਚਲਾ ਗਿਆ ਤਾਂ ਲਾਲੂ ਸ਼ਾਹ ਬਾਗਾਂ ਦੀ ਰਾਖੀ ਬਾਰੇ ਸੋਚਣ ਲੱਗ ਗਿਆ। ਉਹਨੂੰ ਬਾਗ ਵਿਚਲੇ ਮੱਛਰ, ਬਾਗ ਉਜਾੜਨ ਵਾਲੇ ਚਮਗਿੱਦੜ, ਰਾਤੀ ਪੈਣ ਵਾਲੇ ਡਾਕੂਆਂ ਬਾਰੇ ਖਿਆਲ ਆਉਣ ਲੱਗ ਗਿਆ ਅਤੇ ਇਹਨਾਂ ਨਾਲ ਹੀ ਉਹ ਬੌਂਦਲ ਗਿਆ। ਬਾਰੂ ਦੇ ਘਰ ਦੀ ਹਾਲਤ ਕਿਹੋ ਜਿਹੀ ਸੀ? ਹਾਂਜੀ ਬਾਰੂ ਦੇ ਘਰ ਦੀ ਹਾਲਤ ਬਹੁਤ ਮਾੜੀ ਸੀ, ਬਹੁਤ ਖਰਾਬ ਸੀ। ਪਾਕਿਸਤਾਨ ਉੱਜੜ ਕੇ ਆਉਣ ਕਰਕੇ ਉਹਦਾ ਭਰਾ ਪਾਂਡੀ ਦਾ ਕੰਮ ਕਰਨ ਲੱਗਿਆ ਅਤੇ ਉਹਦੇ 17 ਰੁਪਏ ਜਿਹੜੇ ਕਿ ਬਾਰੂ ਦੀ ਤਨਖਾਹ ਸੀ 17 ਰੁਪਏ। ਬਾਗ ਦੀ ਰਾਖੀ ਦਾ ਕੰਮ ਉਹਦੀ ਮਾਂ ਅਤੇ ਭਰਜਾਈ ਕੁਛ ਘਰਾਂ ਦਾ ਗੋਹਾ ਕੂੜਾ ਕਰਦੀਆਂ ਸੀ ਅਤੇ ਉਹਨੂੰ ਹਰ ਸਮੇਂ ਰੋਟੀ ਦਾ ਫਿਕਰ ਰਹਿੰਦਾ ਸੀ ਅਤੇ ਬਾਰੂ ਨੂੰ ਬਾਗ ਦੇ ਵਿੱਚ ਕਈ ਵਾਰੀ ਭੁੱਖਾ ਰਹਿਣਾ ਪੈਂਦਾ ਸੀ। ਘਰ ਦੇ ਵਿੱਚ ਕਈ ਵਾਰੀ ਆਟੇ ਜਾਂ ਦੁੱਧ ਦਾ ਪ੍ਰਬੰਧ ਕਰਨਾ ਵੀ ਬਹੁਤ ਔਖਾ ਹੁੰਦਾ ਸੀ। ਹਾਂਜੀ ਆਰੀਆ ਸੱਭਿਅਤਾ ਬਾਰੇ ਕਹਾਣੀਕਾਰ ਦੇ ਕੀ ਵਿਚਾਰ ਨੇ? ਆਰੀਆ ਸੱਭਿਅਤਾ ਵਿੱਚ ਮਿਹਨਤ ਦੇ ਆਧਾਰ 'ਤੇ ਜਾਤ ਦੀ ਵੰਡ ਕਰੀ ਗਈ ਹੈ ਅਤੇ ਇਹਦੇ ਵਿੱਚ ਸਭ ਤੋਂ ਦੁਖੀ ਭਰੀ ਸਥਿਤੀ ਜਿਹੜੀ ਕਿ ਦਲਿਤਾਂ ਦੀ ਰਹੀ ਹੈ ਅਤੇ ਉਹਨਾਂ ਨੂੰ ਸਭ ਤੋਂ ਨੀਵਾਂ ਦਰਜਾ ਦਿੱਤਾ ਗਿਆ ਅਤੇ ਦੇਵਬਾਣੀ ਸੁਣਨ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ। ਇਸ ਤੋਂ ਮਗਰੋਂ ਬੇਸ਼ੱਕ ਕਈ ਧਰਮ ਆਗੂਆਂ ਨੇ ਉਹਨਾਂ ਨੂੰ ਦੂਜੀਆਂ ਜਾਤਾਂ ਦੇ ਬਰਾਬਰ ਦੱਸਿਆ ਪਰ ਉਹਨਾਂ ਦੇ ਪੈਰੋਕਾਰ ਨੇ ਉਹਨਾਂ ਨਾਲ ਵਿਤਕਰਾ ਜਾਰੀ ਰੱਖਿਆ। ਅੱਗੇ ਮਹਾਤਮਾ ਬੁੱਧ ਰਵਿਦਾਸ, ਕਬੀਰ, ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਮਹਾਤਮਾ ਗਾਂਧੀ ਜੀ ਨੇ ਜਾਤ ਪਾਤ ਨੂੰ ਦੂਰ ਕਰਨ ਲਈ ਕੀ ਕੁਛ ਕੀਤਾ? ਹਾਂਜੀ ਬੁੱਧ ਧਰਮ ਨੇ ਦਲਿਤਾਂ ਨੂੰ ਉੱਪਰ ਚੁੱਕਣ ਲਈ ਆਵਾਜ਼ ਉਠਾਈ। ਭਗਤ ਰਵਿਦਾਸ ਜੀ ਨੇ ਰਾਮ ਨਾਮ ਦਾ ਜਾਪ ਕਰਕੇ ਜਾਤ ਪਾਤ ਦਾ ਖੰਡਨ ਕੀਤਾ। ਕਬੀਰ ਜੀ ਨੇ ਬ੍ਰਾਹਮਣ ਅਤੇ ਅਛੂਤ ਦੇ ਵਿਤਕਰੇ ਦਾ ਦਲੀਲਾਂ ਨਾਲ ਵਿਰੋਧ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਇੱਕੋ ਵਾਟੇ ਦੇ ਵਿੱਚੋਂ ਅੰਮ੍ਰਿਤ ਛਕਾ ਕੇ ਜਾਤ ਪਾਤ ਦਾ ਵਿਤਕਰਾ ਜਿਹੜਾ ਕਿ ਖਤਮ ਕੀਤਾ ਅਤੇ ਗਾਂਧੀ ਜੀ ਨੇ ਅਛੂਤ ਹਿੰਦੂ ਹੈ ਕਹਿ ਕੇ ਉਹਨਾਂ ਨੂੰ ਹਰੀਜਨ ਬਣਾ ਦਿੱਤਾ ਅਤੇ ਉਹਨਾਂ ਲਈ ਮੰਦਰ ਦੇ ਬੂਹੇ ਖੋਲ੍ਹ ਦਿੱਤੇ।
ਹਾਂਜੀ ਕਹਾਣੀ ਦੇ ਅੰਤਲੇ ਵਾਕ ਵਿੱਚ ਕਿਹਾ ਗਿਆ ਕਿ ਡਾਕੂ ਦਾ ਕਿਸੇ ਨੂੰ ਪਤਾ ਨਹੀਂ ਜੋ ਆਰਾਮ ਨਾਲ ਘਰ ਸੁੱਤਾ ਹੋਇਆ ਇਹਦੇ ਵਿਚਾਰ ਡਾਕੂ ਕੌਣ ਹੈ। ਹਾਂਜੀ ਅਸਲ ਡਾਕੂ ਬਾਰੂ ਦੀ ਮੌਤ ਦਾ ਜ਼ਿੰਮੇਵਾਰ ਬਾਗ ਦਾ ਮਾਲਕ ਲਾਲੂ ਸ਼ਾਹ ਸੀ, ਠੀਕ ਹੈ। ਅਤੇ ਉਹ ਬਾਰੂ ਦੀ ਮੌਤ ਦਾ ਜ਼ਿੰਮੇਵਾਰ ਇਸ ਕਰਕੇ ਬਣਿਆ ਕਿਉਂਕਿ ਉਸਨੇ ਆਪਣੇ ਬਿਮਾਰ ਹੋਏ ਕਾਮੇ ਬਾਰੂ ਨੂੰ ਆਰਾਮ ਅਤੇ ਇਲਾਜ ਦੀ ਸਹੂਲਤ ਦੇਣ ਦੀ ਥਾਂ 'ਤੇ ਉਹਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰਤੀ, ਠੀਕ ਹੈ। ਅੱਗੇ ਹੈ ਸੁਜਾਨ ਸਿੰਘ ਦੁਆਰਾ ਲਿਖੀਆਂ ਪੁਸਤਕਾਂ ਦੇ ਨਾਂ ਦੱਸਣੇ ਨੇ, ਦੁੱਖ ਸੁੱਖ ਸਭ ਰੰਗ ਖੁੰਬਾਂ ਦਾ ਸ਼ਿਕਾਰ ਸ਼ਹਿਰ ਅਤੇ ਗ੍ਰਾਮ, ਬਾਗਾਂ ਦਾ ਰਾਖਾ ਕਹਾਣੀ ਦਾ ਲੇਖਕ ਹੋਣਾ ਸੁਜਾਨ ਸਿੰਘ। ਕਹਾਣੀ ਦੇ ਪਾਤਰ ਕਿਹੜੇ ਕਿਹੜੇ ਨੇ? ਹਾਂਜੀ ਸ਼ਹਿਰੀ ਕਲਰਕਾਂ ਦਾ ਟੋਲਾ ਸਮੇਤ ਅਧਖੜ ਕਲਰਕ ਬਾਰੂ, ਲਾਲੂ ਸ਼ਾਹ, ਬਾਰੂ ਦੀ ਮਾਂ, ਭਰਜਾਈ, ਮਹਿੰਗੀ ਅਤੇ ਭਰਾ ਅਤੇ ਕਈ ਬੰਦਿਆਂ ਦਾ ਇਕੱਠ। ਬਾਰੂ ਦਾ ਬਾਗਾਂ ਦਾ ਰਾਖਾ ਕਹਾਣੀ ਦਾ ਮੁੱਖ ਪਾਤਰ ਬਾਰੂ ਆ ਬਹਾਦਰ ਸ਼ਾਹ, ਬਹਾਦਰ ਉਹਦਾ ਨਾਮ। ਲਾਲੂ ਸ਼ਾਹ ਕਹਾਣੀ ਦਾ ਕਿਸ ਕਹਾਣੀ ਦਾ ਪਾਤਰ ਆ? ਬਾਗਾਂ ਦਾ ਰਾਖਾ। ਬਾਗਾਂ ਦਾ ਰਾਖਾ ਦਾ ਕਹਾਣੀ ਦਾ ਸਿਰਲੇਖ ਢੁਕਵਾਂ ਅਤੇ ਕਿਉਂ? ਹਾਂਜੀ ਕਹਾਣੀ ਦਾ ਸਿਰਲੇਖ ਇਸ ਦੇ ਮੁੱਖ ਪਾਤਰ ਨਾਇਕ ਦੇ ਆਧਾਰ 'ਤੇ ਰੱਖਿਆ ਗਿਆ ਜੋ ਬਾਗਾਂ ਦੀ ਰਾਖੀ ਦਾ ਕੰਮ ਕਰਦਾ। ਇਸ ਪਾਤਰ ਰਾਹੀਂ ਕਹਾਣੀਕਾਰ ਨੇ ਕਹਾਣੀ ਦੇ ਵਿਸ਼ੇ ਅਰਥਾਤ ਦਲਿਤ ਕਾਮਿਆਂ ਦੀ ਘਰੇਲੂ ਗਰੀਬੀ, ਦੁੱਖ ਅਤੇ ਅਪਮਾਨ ਭਰੀ ਹਾਲਤ ਨੂੰ ਪੇਸ਼ ਕੀਤਾ ਅਤੇ ਸਾਰੀ ਕਹਾਣੀ ਇਸੇ ਪਾਤਰ ਅਰਥਾਤ ਬਾਗਾਂ ਦੇ ਰਾਖੇ ਬਾਰੂ ਦੇ ਦੁਆਲੇ ਘੁੰਮਦੀ ਹੈ ਅਤੇ ਸਿਰਲੇਖ ਢੁਕਵਾਂ। ਅੱਗੇ ਤਾਂ ਆਪਣੇ ਕਰੇ ਲਏ ਸਾਰੇ ਕੁਸ਼ਚਨ। ਥੈਂਕਸ।